ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਓ, ਅੱਜ ਆਪਾਂ ਗੱਲ ਕਰ ਰਹੇ ਹਾਂ ਜੀ, ਮਾਰਕੀਟ ਦੇ ਵਿੱਚ ਬਹੁਤ ਚੱਲ ਰਿਹਾ ਖੇਤੀ ਦੇ ਵਿੱਚ, ਬਹੁਤ ਸਾਰੇ ਕਿਸਾਨ ਭਰਾਵਾਂ ਦੇ ਕੋਲ ਕਣਕ ਦੇ ਜਿਹੜੇ ਬੀਜ ਆਏ ਸੀ, ਇੱਕ ਸਾਲ ਬਹੁਤ ਕਿਸਾਨ ਭਰਾਵਾਂ ਨੂੰ ਅਜਿਹੀਆਂ ਬੱਲੀਆਂ ਮਿਲੀਆਂ ਜਿਨ੍ਹਾਂ ਦੀ ਹਾਈਟ ਮੰਨ ਲਓ ਬਹੁਤ ਜ਼ਿਆਦਾ ਹੈ, ਲੰਮੀਆਂ ਬਹੁਤ ਜ਼ਿਆਦਾ ਨੇ। ਉਹਦੇ ਵਿੱਚ ਬਹੁਤ ਸਾਰੇ ਕਿਸਾਨ ਭਰਾ ਕਹਿ ਰਹੇ ਨੇ ਵੀ ਦਾਣੇ ਘੱਟ ਨੇ ਜਾਂ ਦਾਣੇ ਮਾਜੂ ਨੇ, ਦਾਣੇ ਹੌਲੇ ਨੇ। ਸਾਰੇ ਕਿਸਾਨ ਭਰਾਵਾਂ ਦੇ ਅੱਡੋ ਅੱਡ ਵਿਚਾਰ ਨੇਗੇ। ਅੱਜ ਆਪਾਂ ਤੁਹਾਨੂੰ ਜਿਹੜੀ ਬੱਲੀ ਲਾਈਵ ਭੰਨ ਕੇ ਅਤੇ ਉਹਦੇ ਵਿੱਚ ਜਿਹੜੇ ਦਾਣੇ ਨੇ ਉਹ ਗਿਣਾਵਾਂਗੇ ਵੀ ਕਿੱਦਾਂ ਦੇ ਦਾਣੇ ਨੇ, ਮਾਜੂ ਨੇ ਜਾਂ ਫੁੱਲਵੇਂ ਮੋਟੇ ਦਾਣੇ ਨੇ ਜਾਂ ਕਿੰਨੇ ਦਾਣੇ ਨਿਕਲਦੇ ਨੇ, ਉਹ ਤੁਹਾਨੂੰ ਅੱਜ ਆਪਾਂ ਲਾਈਵ ਹੈ ਜਿਹੜਾ ਟੈਸਟ ਕਰਾਵਾਂਗੇ। ਤੁਹਾਡੇ ਸਾਹਮਣੇ ਕੋਈ ਦਾਣਾ ਐਡ ਨਹੀਂ ਕੀਤਾ ਗਿਆ, ਪ੍ਰਾਂਤ ਬਿਲਕੁਲ ਖਾਲੀ ਹੈ ਅਤੇ ਆਪਾਂ ਜਿਹੜੀ ਬੱਲੀ ਭੰਨ ਕੇ ਅਤੇ ਤੁਹਾਨੂੰ ਦਾਣੇ ਸਾਰੇ ਗਿਣਾਵਾਂਗੇ ਵੀ ਕਿੰਨੇ ਦਾਣੇ ਨੇ ਅਤੇ ਕਿਸ ਤਰ੍ਹਾਂ ਦੇ ਜਿਹੜੇ ਨਿਕਲਦੇ ਨੇ। ਜਿਹੜਾ ਇਹ ਆਪਣੇ ਕੋਲ ਇੱਕ ਬੱਲੀ ਮਿਲੀ ਸੀ ਆਪਾਂ ਨੂੰ, ਉਹਦੇ ਵਿੱਚ 140 ਦਾਣਿਆਂ ਦੀ ਗਿਣਤੀ ਹੈ ਜਿਹੜੀ ਅਸੀਂ ਕਰੀ ਸੀ, 140 ਦਾਣੇ ਬੱਲੀ ਦੇ ਵਿੱਚ ਸੀਗੇ। ਉਹਨਾਂ 'ਚੋਂ 2 ਜਾਂ ਦਾਣੇ ਆਪਾਂ ਜਰਮੀਨੇਸ਼ਨ ਵਾਸਤੇ ਚੈੱਕ ਕੀਤੇ ਸੀ ਅਤੇ ਬਾਕੀ ਜਿਹੜੇ 138 ਦਾਣੇ ਸੀ ਉਹਨਾਂ ਦਾ ਆਪਾਂ ਇੱਕ ਓੜੇ ਦੇ ਵਿੱਚ ਬੀਜਤੇ ਸੀ, ਖੇਤ ਦੇ ਵਿੱਚ ਬੀਜ ਤਿਆਰ ਵਾਸਤੇ ਉਹ ਬੀਜਤੇ ਸੀ। ਲਗਭਗ ਆਪਣੇ ਕੋਲ 140 ਜਿਹੜੇ ਬੂਝੇ ਸੀਗੇ, ਉਹਨਾਂ ਤੋਂ ਬਾਕੀ ਟਾਂਗਾਂ ਪਾਟੀਆਂ ਨੇ, ਬੂਝਾ ਮਾਰਿਆ ਕਣਕ ਨੇ, ਤਾਂ ਬਹੁਤ ਕਾਫੀ ਬੱਲੀਆਂ ਤਿਆਰ ਆ ਜਿਹੜੀਆਂ ਹੋ ਚੁੱਕੀਆਂ ਨੇ। ਮੰਨ ਲਓ 2 ਸਾਲਾਂ ਦੇ ਵਿੱਚ ਬੀਜ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਤਿਆਰ ਇਹਦਾ ਹੋਵੇਗਾ। ਕਿਸਾਨ ਵੀਰੋ, ਜਿਹੜਾ ਆਪਾਂ ਬਾਹਰ ਜਾ ਕੇ ਛੰਡ ਕੇ ਦਾਣੇ ਤੁਹਾਨੂੰ ਬਿਲਕੁਲ ਸਾਫ਼ ਕਰਕੇ ਦਿਖਾ ਰਹੇ ਹਾਂ, ਦਾਣਿਆਂ ਦੇ ਵਿੱਚ ਜਿਹੜਾ ਅੰਤਰ ਹੈ ਕਣਕ ਦੇ ਦਾਣਿਆਂ ਦੇ ਵਿੱਚ, ਦਾਣਿਆਂ ਦੀ ਲੰਬਾਈ ਜਿਹੜੀ ਆਪਣੇ ਹੋਰ ਬੀਜਾਂ ਨਾਲੋਂ ਜ਼ਿਆਦਾ ਹੈ, ਲੰਬਾਈ ਦੇ ਵਿੱਚ ਥੋੜ੍ਹੇ ਦਾਣੇ ਜ਼ਿਆਦਾ ਨੇ, ਵੈਸੇ ਮੋਟਾਈ ਦੇ ਵਿੱਚ ਨੋਰਮਲ ਹੈ, ਮੋਟਾਈ ਸਿਰਫ 19 ਹੀ ਹੈ, ਦਾਣਿਆਂ ਦੀ ਜਿਹੜੀ ਲੰਬਾਈ ਹੈ ਉਹ ਜ਼ਿਆਦਾ ਹੈ। ਬਾਕੀ ਆਪਾਂ ਤੁਹਾਨੂੰ ਲਾਈਵ ਕਿਸਾਨ ਭਰਾਓ ਜਿਹੜੀ ਆਪਾਂ ਗਿਣਤੀ ਕਰ ਰਹੇ ਹਾਂ, ਇੱਥੇ ਪ੍ਰਾਂਤ ਦੇ ਵਿੱਚ ਦਾਣੇ ਜਿਹੜੇ ਸੈੱਟ ਨਹੀਂ ਆ ਰਹੇ ਸੀਗੇ, ਪ੍ਰਾਂਤ ਦੇ ਵਿੱਚ ਦਾਣਿਆਂ ਦੀ ਜਿਹੜੀ ਲਾਈਨਾਂ ਬਣਾਉਣੀਆਂ ਸੀਗੀਆਂ ਉਹ ਸਹੀ ਪ੍ਰੋਪਰ ਤਰੀਕੇ ਨਾਲ ਸੈੱਟ ਨਹੀਂ ਆ ਰਹੀਆਂ ਸੀ, ਅਤੇ ਤੁਸੀਂ ਸਕਰੀਨਸ਼ੋਟ ਲੈ ਕੇ ਜਾਂ ਵੈਸੇ ਵੀਡੀਓ ਦੇ ਵਿੱਚ ਗਿਣ ਸਕਦੇ ਹੋ। ਦਾਣੇ ਨੇ ਜਿਹੜੇ 141 ਦਾਣੇ ਨੇ ਜੀ, 40 ਅਤੇ 141, 141 ਦਾਣੇ ਨੇ, ਇਹ ਆਪਣੇ ਇੱਕ ਬੱਲੀ ਦੇ ਵਿੱਚੋਂ ਨਿਕਲਿਆ ਜੀ। ਜਦੋਂ ਆਪਾਂ ਨੂੰ ਪਹਿਲੀ ਬੱਲੀ ਮਿਲੀ ਸੀ ਉਹਦੇ ਵਿੱਚੋਂ 140 ਦਾਣੇ ਆਪਾਂ ਨੂੰ ਮਿਲੇ ਸੀ, ਉਹਦੇ 'ਚੋਂ 140 ਮਿਲੇ ਸੀ, ਇਹਦੇ ਵਿੱਚੋਂ 141 ਦਾਣੇ ਮਿਲੇ ਆ ਜੀ। ਉਹ ਬੱਲੀ ਦੇ ਵਿੱਚੋਂ ਆਪਾਂ 2 ਜਾਣੇ ਜਰਮੀਨੇਸ਼ਨ ਵਾਸਤੇ ਚੈੱਕ ਕੀਤੇ ਸੀ, ਬਾਕੀ ਜਿਹੜੇ 138 ਦਾਣੇ ਆਪਾਂ ਜਿਹੜੇ ਖੇਤ ਦੇ ਵਿੱਚ ਬੀਜਤੇ ਸੀ ਉਹਨਾਂ ਦੇ ਵਿੱਚੋਂ ਆਪਾਂ ਨੂੰ ਬਹੁਤ ਸਾਰੀਆਂ ਬੱਲੀਆਂ ਜਿਹੜੀਆਂ ਮਿਲੀਆਂ ਨੇ, ਅਤੇ ਗਾਹਾਂ ਨੂੰ ਉਹਦਾ ਮੰਨ ਲਓ ਕਿੱਲੇ ਦਾ ਬੀਜ ਤਿਆਰ ਹੋ ਸਕਦਾ। ਅਗਲੇ 1 ਸਾਲ ਆਪਾਂ ਦੁਬਾਰੇ ਬੀਜਾਂਗੇ, ਉਹਦੇ 'ਚੋਂ ਆਪਾਂ ਨੂੰ 1 ਕਿੱਲੇ ਦਾ ਜਿਹੜਾ ਬੀਜ ਆ ਉਹ ਮਿਲ ਜੂਗਾ, 2 ਸਾਲਾਂ ਦੇ ਵਿੱਚ ਜਿਹੜਾ ਕਿੱਲੇ ਦਾ ਬੀਜ ਤਿਆਰ ਹੋਊਗਾ। ਦਾਣਿਆਂ ਦੀ ਜਿਹੜੀ ਤੁਸੀਂ ਗਿਣਤੀ ਕਰ ਸਕਦੇ ਹੋ ਜੀ, 12 ਦਾਣੇ ਨੇ ਜਿਹੜੇ ਉਹ ਇਸ ਤਰੀਕੇ ਦੇ ਨਾਲ ਨੇ,
ਅਤੇ 12 ਦਾਣੀ ਇਸ ਤਰੀਕੇ ਦੀ ਲਾਈਨ ਦੇ ਵਿੱਚ ਆ। ਆਹ 3 ਲਾਈਨਾਂ ਦੇ ਵਿੱਚੋਂ ਜੀ ਦਾਣਾ ਇੱਕ ਇੱਕ ਹੈ ਜਿਹੜਾ ਉਹ ਘੱਟ ਹੈ, ਤੁਸੀਂ ਆਪਦੀ ਗਿਣਤੀ ਕਰ ਸਕਦੇ ਹੋ। ਇਸ ਤਰੀਕੇ ਦੇ ਨਾਲ 12 ਦਾਣੇ ਨੇ, ਆਹ ਲਾਈਨਾਂ ਦੇ 3 ਲਾਈਨਾਂ ਦੇ ਵਿੱਚ 11-11 ਦਾਣੇ ਨੇ ਜੀ, ਬਾਕੀ ਇਸ ਤਰੀਕੇ ਦੇ ਨਾਲ ਵੀ 12 ਲਾਈਨਾਂ ਬਣੀਆਂ ਹੋਈਆਂ ਨੇ, ਬਾਕੀ ਤੁਸੀਂ ਇਹਦੇ ਵਿੱਚ ਜੋੜ ਸਕਦੇ ਹੋ। ਜੇ ਕਿਸੇ ਵੀ ਮੇਰੇ ਵੀਰ ਨੂੰ ਦੁਬਾਰਾ ਸ਼ੱਕ ਹੈ ਤਾਂ ਜਿਹੜੇ ਜਿਹੜੇ ਵੀਰਾਂ ਨੂੰ ਸ਼ੱਕ ਹੈ ਉਹ ਲਾਈਵ ਦਾ ਕਮੈਂਟ ਕਰ ਦੇਣਾ ਵੀ ਤੁਸੀਂ ਲਾਈਵ ਆ ਕੇ ਦਾਣੇ ਗਿਣਿਓ, ਇਹ ਚੀਜ਼ ਕਮੈਂਟ ਕਰ ਦੇਣਾ ਅਤੇ ਆਪਾਂ ਉਸ ਤਰੀਕੇ ਨਾਲ ਵੀ ਤਿਆਰ ਹਾਂ, ਕਿਉਂਕਿ ਆਪਣੇ ਕੋਲ ਬਹੁਤ ਸਾਰੀਆਂ ਬੱਲੀਆਂ ਨੇ, ਦੁਬਾਰਾ ਆਪਾਂ ਕੋਈ ਵੀ ਸਿੱਟਾ ਭੰਨ ਕੇ ਅਤੇ ਦੁਬਾਰੇ ਦਾਣੇ ਜਿਹੜੇ ਆਪਾਂ ਗਿਣਾ ਦਾਂਗੇ। ਕੋਈ ਵਿਦਵਾਨ ਵਾਲਾ ਕੰਮ ਨਹੀਂ ਜੀ, ਆਪਾਂ ਨੂੰ ਇੱਕ ਬੱਲੀ ਮਿਲੀ ਹੈ। ਇਹ ਜ਼ਿਆਦਾਤਰ ਕਿਸਾਨਾਂ ਦੇ ਵਿੱਚ ਇਹ ਰੌਲਾ ਚੱਲ ਰਿਹਾ ਵੀ ਪਤਾ ਨਹੀਂ ਕਿਹੜੀ ਵਰਾਇਟੀ ਹੈ, ਸਾਰੇ ਕਿਸਾਨ ਭਰਾਵਾਂ ਕੋਲ ਜਦੋਂ 87 ਦਾ ਬੀਜ ਬੀਜਿਆ ਜਾਂ ਕੋਈ ਹੋਰ ਬੀਜ ਬੀਜਿਆ ਉਹਨਾਂ ਨੂੰ ਉਦੋਂ ਦਾਣਾ ਇਹ ਮਿਲਿਆ, ਉਦੋਂ ਉਹਨਾਂ ਨੇ ਬੱਲੀ ਤੋਂ ਦਾਣੇ ਤਿਆਰ ਕੀਤੇ ਨੇ। ਤਾਂ ਇਹ ਸਿਰਫ ਇੱਕ ਐਗਜ਼ਾਮਪਲ ਤੁਹਾਨੂੰ ਦਿਖਾਇਆ ਗਿਆ ਵੀ 140-41 ਦਾਣੇ ਇਹਦੇ ਵਿੱਚੋਂ ਮਿਲਦੇ ਨੇ ਲਾਈਵ ਦੇ ਵਿੱਚ। ਅਤੇ ਬਾਕੀ ਜੇ ਕਿਸੇ ਵੀ ਵੀਰ ਨੂੰ ਕੋਈ ਸ਼ੱਕ ਹੈ ਤਾਂ ਆਪਾਂ ਲਾਈਵ ਆ ਕੇ ਵੀ ਦਿਖਾ ਸਕਦੇ ਹਾਂ। ਇਹ ਸਿਰਫ ਇੱਕ ਆਮ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ, ਕੋਈ ਵਿਦਵਾਨ ਵਾਲਾ ਕੰਮ ਨਹੀਂ, ਸਾਇੰਟਿਸਟ ਬਹੁਤ ਪਏ ਨੇ ਜੀ ਉੱਤੇ ਉੱਤੇ। ਇਹ ਸਿਰਫ ਤੁਹਾਨੂੰ ਇੱਕ ਜਿਹੜੀ ਲਾਈਵ ਆ ਕੇ ਦਾਣਿਆਂ ਦੀ ਗਿਣਤੀ ਕਰਾਈ ਗਈ ਹੈ, ਆਪਣੇ ਕੋਲ ਵੀ ਇੱਕ ਬੱਲੀ ਮਿਲੀ ਹੈ, ਉਹਦੇ ਵਿੱਚੋਂ ਆਪਾਂ ਇੰਨਾ ਬੀੜ ਹੈ ਤਿਆਰ ਕੀਤਾ ਗਿਆ ਜੀ। ਇਹ ਭਰਾ ਕਿਸਾਨ ਦਾਣਿਆਂ ਦੀ ਜਿਹੜੀ ਗਿਣਤੀ ਹੈ ਜੀ ਉਹ ਕਰ ਸਕਦੇ ਨੇ ਜੀ। ਆਪਣੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਕਿਹੜੀ ਕਮੀ ਲੱਗੀ ਤੁਹਾਨੂੰ ਉਹ ਜ਼ਰੂਰ ਦੱਸਿਓ। ਬਾਕੀ ਚੈਨਲ ਸਬਸਕ੍ਰਾਈਬ ਕਰ ਲਿਓ, ਹੋਰ ਇੰਟਰਸਟਿੰਗ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਅਲੱਗ ਤੋਂ ਅਲੱਗ।